6 ਸਾਲ ਤੋਂ ਲੈ ਕੇ 19 ਸਾਲ ਦੇ ਬੱਚਿਆਂ ਦੇ ਮਨ ਦੇ ਉੱਤੇ ਇੱਕ ਮੈਪ ਬਣ ਕੇ ਉੱਭਰ ਗਿਆ ਸੀ। ਅਗਲੇ 10-20 ਸਾਲਾਂ ਖਾਤਰ ਸਿੱਧੂ ਨੂੰ ਸਿੱਖ ਕਮਿਊਨਿਟੀ ਨੇ, ਪੰਜਾਬੀ ਭਾਈਚਾਰੇ ਨੇ ਕਬੂਲ ਲਿਆ ਸੀ। ਬੇਸ਼ੱਕ ਮੇਰਾ ਪੁੱਤ ਸ਼ਕਲੋਂ ਇੰਨਾ ਸੋਹਣਾ ਨਹੀਂ ਸੀ, ਪਰ ਲੋਕਾਂ ਨੇ ਉਹਨੂੰ ਕਬੂਲ ਲਿਆ ਸੀ। ਉਹਦੇ ਸਿਰ 'ਤੇ ਪੱਗ, ਉਹਦੇ ਸਿਰ 'ਤੇ ਕੇਸ, ਅਤੇ ਸੱਚੀ ਗੱਲ ਲਿਖਣੀ ਜਾਣ ਲੱਗਿਆ, ਬਦਨਾਮੀ ਨਹੀਂ ਖੱਟ ਕੇ ਗਿਆ, ਕਿਸੇ ਦਾ ਅਲਾਂਭਾ ਨਹੀਂ ਲੈ ਕੇ ਗਿਆ, ਕਿਸੇ ਧੀ ਭੈਣ ਤੋਂ ਕਦੇ ਝਿੜਕਾਂ ਨਹੀਂ ਖਾਧੀਆਂ, ਔਰ ਹਰੇਕ ਦੀ ਇੰਟਰਵਿਊ ਵੀ ਕੀਤੀ ਹੈ। ਕਦੇ ਇੰਟਰਵਿਊ ਹੱਥ ਭਰ ਕੇ ਨਹੀਂ ਝਾਕਿਆ, ਮੇਰੇ ਪੁੱਤ ਨੇ ਕਦੇ ਕਿਸੇ ਦੇ ਸਿਰਾਂ ਤੋਂ ਚੁੰਨੀਆਂ ਨਹੀਂ ਲਾਈਆਂ, ਗਾਣੀ ਕਿਸੇ ਧੀ ਭੈਣ ਦੇ ਲੱਕ ਨਹੀਂ ਮਿਲੇ, ਮੇਰੇ ਪੁੱਤ ਨਹੀਂ ਕਰੇ। ਮੈਨੂੰ ਮਾਣ ਹੈ ਉਹਨੇ ਉਹੀ ਗਾਇਆ ਜੋ ਜਿਹਦੀ ਸਾਡੇ ਵਿਰਸੇ ਨੇ ਇਜਾਜ਼ਤ ਦਿੱਤੀ, ਸਾਡੇ ਧਰਮ ਨੇ ਇਜਾਜ਼ਤ ਦਿੱਤੀ, ਸਾਡੇ ਭਾਈਚਾਰੇ ਨੇ ਇਜਾਜ਼ਤ ਦਿੱਤੀ। ਔਰ ਉਹਦੇ ਗਾਣੇ ਹੁਣ ਤਾਂ ਸਿੱਧੂ ਨੂੰ 3 ਮਹੀਨੇ ਜਾਣ ਗਏ ਨੂੰ ਵੀ ਹੋ ਗਏ, ਹੁਣ ਚਲਾ ਕੇ ਦੇਖ ਲਓ ਹੁਣ ਤੁਹਾਡੇ ਕਿੰਨੇ ਕੁ ਚੱਲਦੇ। ਤੁਸੀਂ ਤਾਂ ਪਾਸੇ ਗਣੀ ਮੁਦੀ ਸਾਚਨਾ ਕਰਤਾ ਕਈ ਕਲਾਕਾਰਾਂ ਨੇ, ਹੁਣ ਤਾਂ ਮੈਦਾਨ ਵਿਹਲੇ, ਹੁਣ ਤਾਂ ਬੇਟਾ ਗਿਆ, ਇਹਨੂੰ ਇੱਥੇ ਸੱਚ ਚੱਲੀ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਤੁਸੀਂ ਲੋਕਾਂ ਨੂੰ ਸੱਚ ਨੂੰ ਪਹਿਚਾਣਿਆ। ਔਰ ਆਪਾਂ ਆਪਦਾ ਜਿਹੜਾ ਕਿਰਦਾਰ ਬੱਚਾ ਸ਼ੁਰੂ ਕਰਕੇ ਗਿਆ, ਇਹਨੂੰ ਆਪਾਂ ਰੈਗੂਲਰ ਰੱਖਾਂਗੇ ਅੱਗੇ। ਤੁਹਾਡੇ ਨਾਲ ਮੇਰਾ ਵਾਅਦਾ, ਉਹਦਾ ਬੜਾ ਮੈਟਰ ਆਪਣੇ ਕੋਲ ਲਿਖਿਆ ਪਿਆ। ਇਹਨਾਂ ਨੂੰ ਆਪਾਂ ਨੇੜੇ ਨਹੀਂ ਫਟਕਣ ਦਿੰਦੇ ਹਾਲੇ ਤੱਕ ਵੀ, ਬੇਸ਼ੱਕ ਉਹ ਸਰੀਰਕ ਤੌਰ 'ਤੇ ਆਪਣੇ ਵਿੱਚ ਨਹੀਂ ਰਿਹਾ। ਉਹਦੇ ਗਾਣੇ 6 ਮਹੀਨਿਆਂ ਬਾਅਦ ਕੱਢੀਏ, 4 ਬਾਅਦ ਕੱਢੀਏ, ਐਵੇਂ ਜਿਵੇਂ ਚੱਲਣਗੇ 5-10 ਸਾਲ, ਤਾਂ ਇਹਨੂੰ ਕਦੇ ਤੁਸੀਂ ਭੁੱਲ ਜੀ, ਪਰ ਇਸ ਤੋਂ 10 ਸਾਲ ਜਿਉਂਗਾ ਘੱਟੋ ਘੱਟ। ਸੋ ਤੁਸੀਂ ਸਾਰਿਆਂ ਨੇ ਮੇਰੇ ਪਹਾੜ ਜੀ ਦੇ ਦੁੱਖ ਦੇ ਵਿੱਚ, ਮੇਰੇ ਭੈਣ ਭਾਈ, ਬੇਸ਼ੱਕ ਮੇਰਾ ਤੁਹਾਡੇ ਨਾਲ ਕੋਈ ਦੁਨੀਆਵੀ ਰਿਸ਼ਤਾ ਨਾ ਹੋਵੇ, ਪਰ ਤੁਸੀਂ ਉਸ ਤੋਂ ਵੀ ਵੱਧ ਕੇ ਮੇਰਾ ਸਾਰਿਆਂ ਨੇ ਸਾਥ ਦਿੱਤਾ, ਮੇਰੇ ਪਰਿਵਾਰ ਦਾ ਕਣ ਕਣ ਤੁਹਾਡਾ ਕਰਜ਼ਦਾਰ ਹੈ। ਔਰ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਅੱਗੇ ਵੀ ਦਾਸ ਕਿਤੇ ਤੁਹਾਨੂੰ ਆਵਾਜ਼ ਦੇਵੇ, ਮੇਰੇ ਸਿਰ 'ਤੇ ਹੱਥ ਰੱਖਿਓ, ਤਾਂ ਜੋ ਸਿੱਧੂ ਦੇ ਅਧੂਰੇ ਕੰਮ ਹੈ ਉਹਨਾਂ ਨੂੰ ਆਪਾਂ ਪੂਰੇ ਕਰ ਸਕੀਏ। ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੋਣਾ, ਕਿਸੇ ਨੂੰ ਚੰਗਾ ਨਾ ਲੱਗੇ ਤਾਂ ਸੰਗਤ ਮਾਫ਼ ਕਰਨ ਯੋਗ ਹੈ, ਮਾਫ਼ ਕਰੋ ਮੈਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਇਸ ਗੱਲ ਦੀ ਬੜੇ ਮਾਣ ਨਾਲ ਇਹ ਗੱਲ ਕਹਿੰਦਾ ਵੀ ਮੇਰੇ ਬੱਚੇ ਦੀ 0% ਵੀ ਕਿਤੇ ਗਲਤੀ ਨਹੀਂ। ਉਹਦੀ ਗਲਤੀ ਇੱਕ ਇੰਨੀ ਹੈ ਵੀ ਉਹ ਇੱਕ 2 ਕਮਰੇ ਵਾਲੇ ਮਕਾਨ 'ਚੋਂ ਉੱਠਿਆ, 5-7 ਜ਼ਮੀਨ ਕਿੱਲਿਆਂ ਵਾਲੇ ਜ਼ਿਮੀਦਾਰ ਦੇ ਘਰੇ ਉਹਨੇ ਜਨਮ ਲਿਆ, ਔਰ ਆਪਣੀ ਕਾਬਲੀਅਤ ਦੇ ਜ਼ਰੀਏ ਉਹਨੇ ਦੇਸ਼ ਵਿਦੇਸ਼ ਸੰਸਾਰ ਭਰ 'ਤੇ ਆਪਣੀ ਮਿਹਨਤ ਦੇ ਝੰਡੇ ਗੱਡੇ, ਸ਼ਾਇਦ ਉਹਦੀ ਆਹੀ ਗਲਤੀ। ਸਾਡਾ ਸਿਸਟਮ, ਮੈਂ ਸਾਰੇ ਸਮਾਜ ਨੂੰ ਤਾਂ ਨਹੀਂ ਕੁਛ ਕਹਿ ਸਕਦਾ ਕਿਉਂਕਿ ਤੁਸੀਂ ਤਿਆਰ ਕਰਨ ਵਾਲੇ ਵੀ ਹੋ, ਪਰ ਵਿੱਚੋਂ ਕੁਛ ਕਾਲੀਆਂ ਭੇਟਾਂ ਜਿਹੜੀਆਂ ਉਹਦੇ ਕੈਰੀਅਰ ਦੇ ਦੁਸ਼ਮਣ ਬਣ ਗਈਆਂ, ਜਿਹੜੇ ਉਹਦੇ ਕਾਰੋਬਾਰ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਸਿੱਧੂ ਦੀ ਬਦਕਿਸਮਤੀ ਇੰਨੀ ਕੁ ਰਹੀ ਕਿ ਜਦੋਂ ਉਹਦਾ ਸ਼ੁਰੂਆਤ ਦੇ ਵਿੱਚ ਜਿਹਨਾਂ ਲੋਕਾਂ ਨਾਲ ਵਾਹ ਪਿਆ ਉਹ ਖਰੇ ਬੰਦੇ ਨਹੀਂ ਸੀ। ਉੱਥੇ ਕੋਈ ਵੀ 15-20 ਸਾਲ ਦਾ ਬੱਚਾ ਆਪਾਂ ਵਿਦੇਸ਼ ਭੇਜਦੇ ਹਾਂ, ਜਦੋਂ ਉਹ ਦੋਸਤਾਂ ਦੀ ਦੁਨੀਆ 'ਚ ਵਿਚਰਦਾ, ਕਈ ਵਾਰੀ ਉਹਨੂੰ ਨਹੀਂ ਪਤਾ ਹੁੰਦਾ ਵੀ ਜਿਹੜੇ ਦੋਸਤ ਮੈਂ ਬਣਾਈ ਜਾਂਦਾ ਇਹ ਕਿੰਨੇ ਕੁ ਚੰਗੇ ਨੇ, ਇਹ ਕਿੰਨੇ ਕੁ ਖਰੇ ਉਤਰਨਗੇ। ਹਰ ਇੱਕ ਬੰਦਾ ਇਹਨਾਂ ਚੀਜ਼ਾਂ ਗਲਤੀ ਖਾ ਜਾਂਦਾ, ਇੱਥੇ ਸ਼ਾਇਦ ਮੇਰਾ ਬੱਚਾ ਵੀ ਥੋੜ੍ਹਾ ਟੱਪਾ ਖਾ ਗਿਆ। ਉਹਨੂੰ ਨਹੀਂ ਪਤਾ ਲੱਗਿਆ ਵੀ ਜਿਹੜੇ ਤੇਰੇ ਭਰਾ ਬਣੇ ਹੋਏ ਨੇ ਹੁਣ ਇਹੀ ਭਰਾ ਤੇਰੇ ਕੱਲ੍ਹ ਨੂੰ ਦੁਸ਼ਮਣ ਵੀ ਬਣਨਗੇ। ਕਿਉਂਕਿ ਮੇਰਾ ਬੱਚਾ ਇੰਨਾ ਭੋਲਾ, ਉਹਨੇ ਆਪਦਾ ਕਾਰੋਬਾਰ ਕਰਨ 'ਤੇ ਧਿਆਨ ਰੱਖਿਆ, ਆਪਦੇ ਹਿੱਟ ਹੋਣ ਵੱਲ ਧਿਆਨ ਰੱਖਿਆ ਵੀ ਮੈਂ ਕਿਹਾ ਆਪਦਾ ਕੰਮ ਕੋਈ ਜਗ੍ਹਾ ਬਣਾਉਣਾ ਪੈਣਾ ਤਾਂ ਖੜ੍ਹਨ ਜੋਗੀ, ਉਹਨੇ ਤਾਂ ਆਪਦਾ ਕਿਸੇ ਬੈਂਕ 'ਚ ਖਾਤਾ ਵੀ ਨਹੀਂ ਖੁਲਾਇਆ। ਉਹਦੇ ਇਸ ਭੋਲੇਪਨ ਨੂੰ, ਉਹਦੇ ਨਾਲ ਫਿਰਦੀਆਂ ਗਿਰਜਾਂ ਨੇ, ਜਿਹਨਾਂ ਦੇ ਮੈਂ ਤੁਹਾਡੇ ਕੋਲ ਨਾਮ ਵੀ ਲਊਂਗਾ, ਸਮਾਂ ਆਉਣ ਦਿਓ ਥੋੜ੍ਹਾ ਜਿਹਾ, ਥੋੜ੍ਹੇ ਦਿਨਾਂ ਦੀ ਗੱਲ ਹੈ, ਸਭ ਕੁਛ ਕਲੀਅਰ ਕਰੂੰਗਾ ਕਿਹਨੇ ਕੀ ਕੀਤਾ। ਮੈਂ ਕਾਫੀ ਰਿਪੋਰਟਾਂ ਸੁਣੀਆਂ ਨੇ ਰਿਤੇਸ਼ ਲੱਖੀ ਜੀ ਦੀਆਂ, ਸੀਨੀਅਰ ਜਰਨਲਿਸਟ ਨੇ, ਮੈਂ ਬਹੁਤ ਸਤਿਕਾਰ ਕਰ ਦਿੰਦਾ, ਕਾਫੀ ਹੱਦ ਤੱਕ ਠੀਕ ਨੇ, ਪਰ ਮੈਂ ਜੋ ਪਹਿਲੂ ਉਹਨੂੰ ਨਹੀਂ ਦੱਸੇ ਗਏ ਉਹਨਾਂ 'ਤੇ ਵੀ ਮੈਂ ਚਾਨਣਾ ਪਾਊਂਗਾ ਕਿਸੇ ਟਾਈਮ। ਜਿਸ ਤਰ੍ਹਾਂ ਉਹ ਗੱਲ ਕਰਦੇ ਨੇ
ਇਹ ਪਹਿਲੀ ਕੰਪਨੀ ਦਾ ਸਿੱਧੂ ਦਾ ਕਰਾਰ ਹੋਇਆ ਸੀ ਮੈਂ ਤੁਹਾਨੂੰ ਦੱਸ ਰਿਹਾ ਚਾਹੁੰਦਾ ਸਿੱਧੂ ਨੇ ਕਦੇ ਕਿਸੇ ਨੇ ਕਰਾਰ ਕੀਤਾ ਹੀ ਨਹੀਂ ਜੇ ਸਿੱਧੂ ਕਰਾਰ ਕਰਨ ਵਾਲਾ ਹੁੰਦਾ ਤਾਂ ਸਿੱਧੂ ਮਰਦਾ ਕਾਹਤੋਂ ਸਿੱਧੂ ਨੇ ਇੱਕੋ ਹੀ ਸੋਚਣੀ ਸੀ ਮੈਂ ਲਿਖਦਾ ਮੈਂ ਗਾਉਣਾ ਮੈਂ ਮਿਊਜ਼ਿਕ ਦਿੰਦਾ ਮੈਂ ਆਪਦਾ ਕੰਮ ਸਾਰਾ ਆਪ ਕਰਦਾ ਮੈਂ ਕਿਸੇ ਨਾਲ ਸਾਈਨ ਕਿਉਂ ਹੋਵਾਂ ਔਰ ਸਾਈਨ ਕਰਨ ਵਾਲੇ ਧੱਕੇ ਨਾਲ ਇੱਕ ਵਾਰੀ ਵਿਛੜਿਆ ਮਲਾਇਆ ਕਿੱਥੇ ਜਾਂਦਾ ਨੀ ਲੋਕੀ ਅੱਜ ਵੀ ਤਾਰੀਫਾਂ ਦੇਖ ਕਰਦੇ ਹੈ ਛੇ ਫੁੱਟਾ ਜੱਟ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਸਿੱਧੂ ਦੇ ਦੱਸਦਾ ਇਕੱਠ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਸਿੱਧੂ ਦੇ ਦੱਸਦਾ ਇਕੱਠ ਵੱਲੀਏ ਸਿੱਧੂ ਬਾਈ ਦੇ ਨਾਂ ਤੇ ਸਬੀਲਾ ਲਾਈ ਜਾਂਦੇ ਆ ਪਿੰਡਾਂ ਵਾਲੇ ਠੰਡਾ ਮਿੱਠਾ ਜਲ ਪਿਆਈ ਜਾਂਦੇ ਆ ਉਹ ਸਿੱਧੂ ਬਾਈ ਦੇ ਨਾਂ ਤੇ ਸਬੀਲਾ ਲਾਈ ਜਾਂਦੇ ਆ ਪਿੰਡਾਂ ਵਾਲੇ ਠੰਡਾ ਮਿੱਠਾ ਜਲ ਪਿਆਈ ਜਾਂਦੇ ਆ ਤੈਨੂੰ ਭੋਰਾ ਵੀ ਝੂਠ ਨਾ ਮੈਂ ਮਾਰਦਾ ਨੀ ਗੱਲ ਜਾਵਾਂ ਸੱਚ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਸਿੱਧੂ ਦੇ ਦੱਸਦਾ ਇਕੱਠ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਸਿੱਧੂ ਦੇ ਦੱਸਦਾ ਇਕੱਠ ਵੱਲੀਏ ਨਾਟ ਗਿਆਰਾਂ ਕੋਲੇ ਬਾਈ ਦੇ ਬੁੱਥ ਕੋਲੇ ਨਾਟ ਗਿਆਰਾਂ ਮੈਂ ਖੜਾਊਂਗਾ ਭਾਨਾ ਕਹਿੰਦਾ ਜਿੰਨੇ ਲੱਗੇ ਪੱਲੇ ਉਹ ਮੈਂ ਲਾਊਂਗਾ ਬਾਈ ਦੇ ਬੁੱਥ ਕੋਲੇ ਨਾਟ ਗਿਆਰਾਂ ਮੈਂ ਖੜਾਊਂਗਾ ਭਾਨਾ ਕਹਿੰਦਾ ਜਿੰਨੇ ਲੱਗੇ ਪੱਲੇ ਉਹ ਮੈਂ ਲਾਊਂਗਾ ਨੀ ਭਾਵੇਂ ਲੱਗੇ ਲੱਖ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਸਿੱਧੂ ਦੇ ਦੱਸਦਾ ਇਕੱਠ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਸਿੱਧੂ ਦੇ ਦੱਸਦਾ ਇਕੱਠ ਵੱਲੀਏ ਸਿੱਧੂ ਬਾਈ ਨਾਲੋਂ ਸਾਰੇ ਲੱਗਦੇ ਸੀ ਥੱਲੇ ਉਹ ਜਿੰਨਾ ਚੱਕ ਰਿਹਾ ਉਹਦੇ ਗਾਣੇ ਬੜੇ ਚੱਲੇ ਸਿੱਧੂ ਬਾਈ ਨਾਲੋਂ ਸਾਰੇ ਲੱਗਦੇ ਸੀ ਥੱਲੇ ਉਹ ਜਿੰਨਾ ਚੱਕ ਰਿਹਾ ਉਹਦੇ ਗਾਣੇ ਬੜੇ ਚੱਲੇ ਭਾਵੇਂ ਪੁੱਠਾ ਗਾਉਂਦਾ ਭਾਵੇਂ ਉਹ ਸਿੱਧਾ ਲੈਂਦੇ ਸੀ ਲੋਕੀ ਚੱਕ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਸਿੱਧੂ ਦੇ ਦੱਸਦਾ ਇਕੱਠ ਵੱਲੀਏ ਗਾਣੇ ਘੱਟ ਤੇ ਫੈਨ ਵਾਲੇ ਉਹਦੇ ਗੀਤ ਸ਼ੁਰੂ ਹੋਏ ਰਹਿੰਦੀ ਦੁਨੀਆ ਤੇ ਉਹਦੇ ਗੀਤ ਚੱਲਣੇ ਮੂਸੇ ਵਾਲਾ ਯਾਰਾਂ ਚ ਬਾਦ ਹੋ ਗਿਆ ਬਾਦ ਉਹਦੇ ਚੰਨ ਵਾਲੇ ਗੀਤ ਹੋ ਗਏ ਇਹ ਜੇ ਉਹਦੇ 28 ਕੰਮ ਵੱਡਿਆਂ ਦੇ ਕੀਤੇ ਜਨਮਾਂ ਦੇ ਕੰਮ ਨੂੰ ਵੀ ਉਹਨੇ ਲੈਜੈਂਡ ਬਣਾਇਆ ਮੈਂ ਛੱਡ ਉਹ ਹੁਣ ਦਿਲਾਂ ਵਿੱਚ ਆਇਆ